ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਵਲੌਗ 'ਚ। ਬਾਕੀ ਜੀ ਬਾਈ ਸਾਹਿਬ ਜੀ ਹੋਰਾਂ ਲੱਗੇ ਹੋਏ ਲਾਗਾ ਵੱਢਣ, ਬੈਕ ਕੈਮਰੇ ਨਾਲ ਦਿਖਾਉਂਦਾ ਮਸ਼ੀਨ ਆਉਣੀ ਬਾਈ ਸਾਹਿਬ ਜੀ ਹੋਰਾਂ ਦੇ, ਜਿਹੜੀ ਗਰੀਬੀ ਆ ਬਾਹਰ ਨੂੰ ਸਾਰੀ ਵੱਢਣੀ ਪੈਂਦੀ, ਫਿਰ ਮਸ਼ੀਨ ਦੇ ਨਾਲ ਨਾਲ ਵੱਢਣੀ ਹੁੰਦੀ, ਜੇ ਕਰਕੇ ਸਾਹਿਬ ਜੀ ਹੋਰਾਂ ਪਹਿਲਾਂ ਹੀ ਵੱਢਣ ਲੱਗੇ ਹੋਏ ਆ। ਵਧੀਆ ਗੱਲ ਆ ਬਾਈ ਇਹ, ਅਸੀਂ ਉੱਦਣ ਬਹੁਤ ਤੰਗ ਹੋਏ ਜਾਂ ਮੌਕੇ ਵਰਖਾੜ ਵਾਲੀ ਵੱਢੀ, ਬੰਦਾ ਸਾਈਡਾਂ ਪਰ ਨਹੀਂ ਘੁੰਮਦਾ ਪੂਰਾ, ਸਾਨੂੰ ਵੱਢਣੀ ਹੈ ਪਹਿਲਾਂ, ਵੱਢੀ ਵੀ ਹੋਵੇ ਮਾੜੀ ਮੋਟੀ ਜੇ ਰਹਿ ਜਾਵੇ ਵੱਢ ਹੋ ਜਾਂਦੀ ਨਾਲ ਨਾਲ। ਕੀ ਕਰਾਉਂਦੇ ਸਾਹਿਬ ਜੀ ਤੁਹਾਨੂੰ ਗੱਲਬਾਤ, ਆਹ ਵੀ ਬਾਈ ਗਰੀਬ ਹੀ ਹੋਊਗਾ, ਇਹਦਾ ਵੀ ਨੁਕਸਾਨ ਬਹੁਤ ਹੈ ਸਾਹਿਬ ਜੀ ਉਹਦੀ ਕੰਮ ਕਰ। ਲਓ ਜੀ ਬਾਈ ਮਿਲੋ ਸਾਹਿਬ ਜੀ, ਤੁਹਾਨੂੰ ਕਿੱਦਾਂ ਠੀਕ ਹੈ, ਲੱਗੇ ਵੀ ਲਾਗਾ ਵੱਢੋ, ਵੱਢ ਲਓ ਵੱਢ ਲਓ ਫਿਰ ਵਧੀਆ ਰਹਿੰਦਾ, ਨਹੀਂ ਫਿਰ ਬਾਅਦ ਚੋਂ ਔਖੀ ਹੋਣੀ ਹੈ, ਜ਼ਿਆਦਾ ਅਲਜੀ ਪਈ ਹੈ, ਜ਼ਿਆਦਾ ਅਲਜੀ ਵੀ ਆ ਥੱਲੇ ਤੇ ਬਹੁਤ ਆ ਰਹੀ ਹੈ, ਮਨ ਤਾਂ ਮਸ਼ੀਨ ਤੇ ਵੀ ਧੂਆ ਕੱਢੂਗੀ ਇਹਦਾ ਥੱਲੇ ਯਾਰ, ਗੁੱਲੀ ਡੰਡਾ ਸਭ ਧੁੱਪ ਲੱਗਦੀ ਕਿਤੇ, ਗੁੱਲੀ ਡੰਡਾ ਤਾਂ ਹਰਾ ਪਿਆ ਹੋਰ ਵੀ ਥੱਲੇ ਹਰੀ ਪਈ ਹੈ ਜਮਾਂ ਹੀ, ਵਿੱਚ ਵਿੱਚ ਤਾਂ ਮੁਸਕ ਮਾਰਨ ਲੱਗ ਗਈ ਕਣਕ ਤੇ, ਵਿੱਚ ਬੱਲਾਂ ਹਰੀਆਂ ਪਈਆਂ ਬਾਈ ਹੇਠਾਂ ਵਾਲੀ, ਇੱਕ ਇਹਦਾ ਬੱਕਣੀ ਹੋਣੀ ਸੀ, ਕਿੰਨੀ ਸਲਾਬੀ ਪਈ ਆ ਜਿਹੜੇ ਨਾ ਹੁਣ ਕਾਲੇ ਦਾਣੇ ਹੋ ਰਹੇ ਆ ਇਹ ਹਜੇ ਠੀਕ ਆ, ਜਿਹੜੀ ਆ ਕਾਲੀ ਕਾਲੀ ਹੋ ਰਹੀ ਆ ਇਹ ਠੀਕ ਆ, ਮੈਂ ਕਿਹਾ ਚੱਲ ਅਸੀਂ ਸਾਰੇ ਪੱਲੇ ਪੈ ਜਾਵੇ, ਆਹੋ ਥੱਬਾ ਦੋ ਥੱਬੇ ਆਮ ਵੀ ਫਿਰ ਤਾਂ ਜਮਾਂ ਹੇਠਾਂ ਲੱਗ ਕੇ ਵੱਢ ਹੁਣ ਵੀ, ਹਾਂ ਹੈ ਇਹਨੂੰ ਤਾਂ ਦੁਪਹਿਰੇ 'ਚ ਵਢਾਊਂਗਾ ਮੈਂ, ਉੱਧਰ ਤਾਂ ਮੁੜਦਾ ਹੋਇਆ ਵਢਾ ਲਈ, ਹਾਂ ਪਹਿਲਾਂ ਉਹੀ ਵਢਾ ਕੇ ਲਿਆਉਣ, ਪਰ ਉੱਧਰ ਵੀ ਟਾਈਮ ਲੱਗ ਜਾ, ਕਦੇ ਉੱਥੇ ਵੀ ਤਾਂ ਗਿਰੀ ਪਈ ਆਏ ਹੋ, ਨਹੀਂ ਉੱਥੇ ਫਿਰ ਦੋ ਕੁ ਵਜੇ ਤਾਂ ਆਉਣਾ ਚਾਚੇ ਨੇ, 2 ਵਜੇ ਆਉਣਾ ਹਜੇ, ਇਹਨੇ ਨੇ ਵੀ ਵਢਾਉਣੀ ਆ ਜਗੇਰਾ ਨੇ ਵੀ, ਇਹਨਾਂ ਮੰਨ ਲਾ ਜੱਜੂ ਨਾਲ ਵਢਾਉਣੀ, ਹਾਂ 2 ਵਜੇ ਕਹਿੰਦਾ ਨੇ, ਫਿਰ 2 ਵਜੇ ਤੇ ਮੈਂ ਤਾਂ ਉਹੀ ਵੜ ਦਾਂਗੀ ਇੱਧਰ ਨੂੰ ਆਈ ਮਸ਼ੀਨ, ਜੇ ਉੱਧਰ ਤੇ ਆਈ ਤਾਂ ਉਹ ਵੜਾ ਦੂੰਗਾ, ਇਹ ਤਾਂ ਚੱਲ ਯਾਰ ਫਿਰ ਵੀ ਵੱਢ ਹੋ ਜੂ, ਆਹੋ ਉਹ ਜੇ ਉੱਧਰ ਤੇ ਆਈ ਤਾਂ ਉੱਧਰ ਤੇ ਵੜਾ ਲਈ ਪਹਿਲਾਂ, ਹਾਂ ਦੇਖਦੇ ਆ ਬਾਕੀ, ਬਾਕੀ ਜੇ 2 ਵਜੇ ਆਏ ਫਿਰ ਤਾਂ ਜਿਹੜਾ ਮਰਜ਼ੀ ਵੜਾ ਲਈ, ਮੂਨ ਲੱਗ ਗਿਆ ਹੁਣ ਜੇ ਚੁਰੀਆਂ ਨਾ ਵੜਾਈ ਇਹ ਤਾਂ ਜਮਾਂ ਹੀ ਚੱਲਣ ਦੇਣੀ ਮਸ਼ੀਨ, ਦੁਬਾਰਾ ਤੁਰੇ ਆਈ ਹੈ ਨਾ, ਦੁਬਾਰੇ ਜੰਮੇ ਹੀ ਸਾਰੀ ਉਹ ਕਣਕ, ਦੁਬਾਰਾ ਫੁੱਟਿਆ ਹੀ ਬਾਈ ਕਣਕ ਇਹ, ਆ ਦੇ ਆ ਕਿੰਨੀਆਂ ਬੱਲਾਂ ਜੰਮੀਆਂ ਹੋਈਆਂ ਤਾਂ ਯਾਰ ਵੇਖ ਕਿਤੇ, ਹੈਂ ਆਹ ਜੰਮੀ ਵੀ ਉਹਦੇ ਵਿੱਚ ਵਿੱਚ ਨਿਕਲਦੀਆਂ ਬਹੁਤ, ਆ ਦੇ ਸਾਰੀ ਜੰਮੇ ਆਈ, ਇਹਨੇ ਤਾਂ ਫਿਰ ਜਮਾਂ ਹੀ ਚੱਲਣ ਦੇਣਾ, ਤਾਂ ਹੀ ਕਹਿੰਦਾ ਮੈਂ ਜਿਹੜੀ ਹੈਗੀ ਉਹ ਵੀ ਉੱਤੇ ਵੀ ਜਾਂਦੇ ਲੱਗੂ, ਉਹ ਵਿੱਚ ਦੇ ਕਿੰਨੀਆਂ ਜੰਮੀਆਂ ਵੀ ਉਹਦੇ ਹਰੀਆਂ ਹੋਈਆਂ ਵੀ, ਹੈਂ ਹੋਰ ਕੋਈ ਨਹੀਂ ਕਿਆ ਕਰੀਏ, ਖਰਚਾ ਵਾਲੀ ਮੁੜੇ ਆਵੇ 6 ਮਹੀਨੇ ਹੋ ਗਏ ਦੇਖਦੇ, ਛੇ ਮਹੀਨੇ ਉਹ ਵੀ ਛੱਡ ਗਾਹਾਂ, ਹੁਣ ਧਾਨ ਕਿੱਥੇ ਲਾਉਣੇ ਫਿਰ, ਘੱਟੋ ਘੱਟ ਹੁਣ ਵੀ ਅਸੀਂ ਉਧਰ ਅੱਧਰ ਤੇ ਕਰ ਕੁਰ ਕੇ ਆਪਣਾ ਆਹ ਚਲਾ ਲਿਆ ਕਣਕ ਦਾ ਵੀ, ਚੱਲ ਕਣਕ ਭੰਨੀ ਯਾਰ ਇੰਨਾ ਫਿਰ ਵੀ ਖਰਚਾ ਆਉਂਦਾ, ਜਿਕਣਾ ਬੀਜਣ ਬੂਜਣ ਜੀਰੀ ਫਿਰ ਹੁਣ ਤੈਨੂੰ ਪਤਾ ਬਿਜਾਈ, ਹੁਣ ਇਹ ਵੀ ਵਿਚਾਰੇ ਸਾਡੇ ਫਿਰ ਸਿਰ ਪਰੇ ਬੈਠੇ ਆ, ਹੁਣ ਇਹਨਾਂ ਨੂੰ ਵੀ ਨਗਦ ਦੇਣੀ ਪੈਣੀ, ਚੱਲ ਹਫਤਾ 2 ਹਫਤੇ ਇੱਧਰ ਉੱਧਰ ਕਰ ਲੈਣਾ, ਕਹਿੰਦੇ ਅਸੀਂ ਹੁਣ ਕਣਕ 'ਚ ਆਏ ਆ ਵੀ ਸਾਲਾ ਗਾਹਾਂ ਧਾਨਾਂ ਜੋਗੇ ਦਾ ਪੈਸੇ ਆ ਜਾਣ, ਉਹੀ ਬਹੁਤ ਆ, ਬਾਕੀ ਮੇਰੀ ਤਾਂ ਉੱਧਰ ਵੀ ਗਿਰ ਗਈ ਜਮੀ ਗਿਰੀ ਪਈ, ਉਹ ਵੀ ਜਾਣੀ ਉਹ ਆਹ ਕੰਮ ਨਹੀਂ ਹੈ ਉਹਦਾ, ਉਹ ਇੰਨਾ ਨਹੀਂ ਹੈਗਾ, ਵਿੱਚ ਵਿੱਚ ਉਹ ਦਾਣਾ ਸੁੱਕ ਗਿਆ ਯਾਰ ਜ਼ਿਆਦਾ ਉਹਦਾ, ਹਾਂ ਉੱਧਰ ਵੀ ਹੈ ਇੱਧਰ ਵੀ ਉਹਦਾ, ਚੱਲ ਅਸੀਂ ਲਿਖਾਈ ਵੀ ਨਹੀਂ ਹੈਗੀ ਉੱਧਰ ਲਈ, ਮੈਂ ਕਿਹਾ ਚੱਲ ਕੋਈ ਨਹੀਂ ਉਹਦਾ ਠੀਕ ਆ, ਹਾਂ ਆਹੋ ਇਹ ਜ਼ਿਆਦਾ ਖਰਾਬਾ ਇਹਦੇ ਚ ਤਾਂ, ਉਹ ਗਾਹਾਂ ਵਾਲੀ ਯਾਰ ਜਮਾਂ ਹੀ ਉਹ ਵੀ ਆਇਓ ਜੰਮਦੀ ਆ, ਮੈਂ ਤਾਂ ਹੀ ਚਾਚੇ ਨੂੰ ਕਿਹਾ ਮੈਂ ਕਿਹਾ ਬਾਈ ਵੱਢ ਦੇ, ਨਹੀਂ ਭਾਈ ਹੋਰ ਨੂੰ ਪੁੱਛ ਲੈਣਾ ਜੇ ਤੇਰੇ ਕੋਲ ਨਹੀਂ ਟਾਈਮ, ਕਿਉਂਕਿ ਯਾਰ ਜੰਮੇ ਆਈ ਨਾ ਕਣਕ ਫਿਰ ਖਰਾਬ ਹੋ ਜਾਣਾ, ਆਹੋ ਜੇ ਸਾਰੀ ਹੋ ਜੰਮੇ ਮਸ਼ੀਨ ਵੀ ਨਹੀਂ ਚੱਲਣੀ, ਉਹ ਦਾਣਾ ਵੀ ਨਹੀਂ ਰਹਿਣਾ ਜੇ ਸਾਰੇ ਚ ਤੁਰਿਆ ਆ, ਉਹੀ ਤਾਂ ਹੈ ਹੁਣ ਤਾਂ ਕਰਕੇ ਚਾਚੇ ਜੇ ਵੱਢ ਹੋਊਗੀ ਤਾਂ ਹੀ ਥੱਲੇ ਤੇ ਹਵਾ ਪਊਂਗੀ ਧਰਤੀ, ਤਾਂ ਸਲਾਬਾ ਜਿਹਾ ਛੱਡਣਾ, ਨਹੀਂ ਤਾਂ ਸਲਾਬੀ ਪਈ ਆ ਹੇਠਾਂ, ਜਮਾਂ ਹੀ ਹਰੀਆਂ ਪਈਆਂ ਬੱਲਾਂ, ਆਹ ਹਾਲ ਆ ਇਹਦਾ, ਨਾ ਇਹਦਾ ਐਂ ਆ ਵੀ ਇੱਕ ਧਾਣੀ ਨਾ ਇੱਕ ਹੋ ਜੂੰਗਾ ਆਟੇ ਦੀ, ਇਹਨਾਂ ਨੂੰ ਇਹ ਦੇਖ ਹੋਣਾ ਇਹ ਵੀ ਆਟਾ, ਹੋਰ ਕਿੱਥੇ ਜਾਣਾ ਇਹ, ਬਾਕੀ ਚੱਲ ਕੋਈ ਨਹੀਂ, ਬਾਕੀ ਇੱਕ ਹੋਰ ਆ ਹੁਣ ਜੇ ਚੱਲ ਚਾਚੇ ਨੇ ਤਾਂ ਧਾਨਾ 'ਚ ਵੀ ਪੈਸੇ ਆਪਾਂ ਦੇ ਘੱਟੇ ਲਿੱਤੇ ਆ, ਐਵੇਂ ਕਹਿ ਦਈਏ ਵੀ ਹਾਂ ਵਢਾਈ ਦੇ, ਤਾਂ ਚੱਲ ਖੜੇ ਤਾਂ ਹੈਗੇ ਤੇ, ਹੁਣ ਇਹ ਗਿਰੇ ਪਏ ਆ ਉਹਦਾ ਵੀ ਤੇਲ ਦੁੱਗਣਾ, ਉਹਦਾ ਵੀ ਦੁੱਗਣਾ ਫੁੱਕਣਾ, ਨਿਕਲਣਾ ਫੇਰ ਨਹੀਂ ਕੁਝ, ਨਿਕਲਣਾ ਫੇਰ ਕੁਝ ਨਹੀਂ, ਹੁਣ ਉਹਨੂੰ ਵੀ ਕਿੰਨਾ ਕੁ ਦਬਾ ਲੂੰਗਾ ਬੰਦਾ, ਧਾਨਾ 'ਚ ਤਾਂ ਚੱਲ ਅਗਲੇ ਜੀਰੀ ਦੇਖ ਕੇ ਘਟਾ ਲਏ ਉਹਨਾਂ ਨੇ ਮਸ਼ੀਨਾਂ ਵਾਲਿਆਂ ਨੇ, ਖੜੀ ਤੀ ਯਾਰ ਉਹ ਤਾਂ ਖੜੀ ਤੀ ਵੀ ਭਾਈ, ਹਾਂ ਵੀ ਨੁਕਸਾਨ ਆ,
ਕਣਕਾਂ ਚ ਵੀ ਉਹਨੇ ਐਂ ਕਰਿਆ ਖੜੀ ਫਿਰ ਦਮਾਂ ਦਮ ਘੁੰਮ ਗਈ ਹਾਂ ਹੁਣ ਇਹਦੇ ਪਰ ਤਾਂ ਬਾਈ ਉਹਦਾ ਵੀ ਤੇਲ ਫੂਕ ਹੋ ਰਿਹਾ ਹੋਰ ਹੁਣ ਉਹਨੂੰ ਵੀ ਕਿੱਥੇ ਦੱਬ ਲੂੰਗੇ ਨੁਕਸਾਨ ਜ਼ਿਆਦਾ ਏ ਆਮਦਨ ਹੈ ਨਹੀਂ ਇਹਦਾ ਆਇਆ ਵੀ ਪੱਲੇ ਤੇ ਲਾ ਦੋ मैं दबती इधर गन्ना तेरा वधिया जम्मिया है दोबारा लाए पानी गन्ना तो ठीक है जमया सफाई किन्नी होगी कटर दी दबले नूं बाही दी आ फायदा हो जाएगा ना गडाई बच जाएगा नी गड़ाई तो हूं देखो यदि होनी है नहीं, दूए तरह हाँ बिच गुडना पैंदा जे आप बिच रूटावेटर मार देना लंबी रहना रूटावेटर मरे बस रूटावेटर ए चार पांच उंगले पटदा लोट रहना जड़ नहीं पटदा गड़ाई तो हूं मैं हले तो लोट नहीं कणक वढ़ के कराऊंगे सारी माड़ा जा होर सुक लैण दे पांच चार दिन फिर पानी लाउणा ना उते पहला पा दे दूए ते पहला पा दे जे हूं पा दे माड़ा जा पैर खड़न लग गया कुछ माड़ा मोटा लग जाना पांच चार दिन पानी ते पहला पा दिने ना दुगना लगता हाँ। नहीं तो उपरे पिया रहिंदा उपरे मिट्टी आ फिर उही कहना तेनू नरम नरम हूं पा दे कुछ तो इन्हें माड़ा जा हो जाना खलाबा जा पानी छड़ देना रे ने डाए ने खुर जाना कुछ फिर पानी लगे तो जिहड़ा हैगा सारा लग जाना तेरा थ्रेशर खड़ाया माल भी गिला था नहीं सत अठ लीटर खाएगा दूई गल टाइम टाइम देख ला तू ढाई घंटे लग गए मान के चल डेढ़ घंटा मसी जे भाई ये भी हौली चलन ना तो डेढ़ घंटा मसी लगता थ्रेसर किले नू कढ़न नू ढाई घंटे उहदे उपर फुट के गिला था माल ओ भी क्या कर ਹੁਣ ਮੜਾ ਜਾ ਸੁੱਕ ਜਾਣਾ ਕਦੋਂ ਪਹਿਲੇ 2-4 ਦਿਨ ਤਾਂ ਹੁੰਦਾ ਹੀ ਹੁੰਦਾ ਉਤੇ ਬਾਅਦ ਜਾਂ ਮਾਲ ਐ ਕੜਕ ਜਾਣਾ ਫਿਰ ਤਾਂ ਯਾਰ ਪੱਤੀਆਂ ਹੀ ਤੋਂ ਭੋਰੀ ਜਾਂਦੀਆਂ
ਗੜਾਸੇ ਉਹਦਾ ਫਿਰ ਘਸਦੇ ਗੜਾਸੇ ਵੀ ਨਹੀਂ ਘਸਦੇ ਹੁਣ ਦੇਖੀ ਗੜਾਸੇ ਦੀਆਂ ਜੋੜੀਆਂ ਵੀ ਥੋੜਾ ਤਾਂ ਲੱਗਦੀ ਗਈ ਗੜਾਸੇ ਜੋੜੀ ਕੀਲੇ ਕੱਢ ਕੇ ਆਏ ਹਾਂ ਨਵੀਂ ਗੜਾਸੇ ਜੋੜੀ ਲਾਈ ਦਿੱਤੇ ਉੱਥੇ ਹਾਂ ਕੀਲਾ ਕੱਢਿਆ ਹੋ ਗਈ ਬਾਬਾ ਦਲਦਾ ਉਹਨੂੰ ਸਰੋਂ ਦੀ ਲੋਟ ਆ ਸਰੋਂ ਦਾ ਵੱਧ ਕੱਢਦਾ ਹੁੰਦਾ ਹੈ ਹਾਂ ਸਰੋਂ ਦਾ ਵੱਧ ਕੱਢਦਾ ਹੁੰਦਾ ਫਰੈਸ਼ ਸਰੋਂ ਨੇ ਬਾਈ ਇਹਦੇ 11 12 ਲੀਟਰ ਤੇਲ ਪੀਤਾ 2 ਕੀਲੇ 2.5 ਕੱਢਿਆ ਆ दो तीन दिन फिर आ जांदी आ 2.5 3 साढ़े 3 लीटर तक 3.25 इत्थे 3.25 कवर आ जांदा फिर ਬਾਕੀ ਜੇ ਹੁਣ ਮੌਸਮ ਜਿਹੜੇ ਹਿਸਾਬ ਨਾਲ ਖਰਾਬ ਤਾਂ ਫਿਰ ਹੋਰ ਕੰਮ ਵੱਧ ਜਾਣਾ ਤਾਂ ਲੰਬਾ ਸੀਜ਼ਨ ਚੱਲੇ ਜਾਣਾ ਤਾਂ ਫਿਰ ਤਾਂ ਕਿਉਂਕਿ ਗਿਰੀਆਂ ਵੀ ਆ ਨਹੀਂ ਤਾਂ ਛੇਤੀ ਬਾਕੀ ਹੁਣ ਯਾਰ ਰੱਬ ਦੇ ਦੇਵੇ ਸਭ ਨੂੰ 10 15 ਦਿਨ ਮੌਸਮ ਰਹੇ ਸਾਫ ਕੱਲ ਹੋ ਗਿਆ ਦਾ ਬੱਦਲ ਉਹੀ ਤਾਂ ਹੈ ਘਬਰਾਹਟ ਜੀ ਹੋਈ ਜਾਂਦੀ ਸੀ ਦੇਖ ਦੇਖ ਕੇ ਕੱਲ ਹੋ ਗਿਆ ਦਾ ਮੈਂ ਤਾਂ ਕੱਲ ਚਾਚੇ ਗੁੰਡੂ ਪਜਾਮਾ ਚਾਚੇ ਜਿਹੜੀ ਪੜਦੇ ਯਾਰ ਜਿਹੜੀ ਹੈਗੀ ਆ ਚੱਲ ਠੀਕ ਹੈ ਕਹਿੰਦਾ ਕੱਲੂ ਹੁਣ ਉਹ ਵੀ ਕਿਆ ਕਰੇ ਉਹ ਵੀ ਬੰਨੇ ਆ ਅੜਜਿਆ ਪਿਆ ਕੰਮ ਸਾਰੇ ਖਾਸ ਅੜਜਿਆ ਪਿਆ ਹੁਣ ਯਾਰ ਆਪਾਂ कणक दा कम चलदा जोर ते मसल वाली कणक कढ के हटे आं भाई कणक मैं नहीं कहिंदा कोई 7 बजे चल पऊगा आपां ने 7 बजे चलाता ਬੂਟਿਆਂ ਦਾ ਵੀ ਫਰਕ ਹੈ ਬੂਟਿਆਂ ਦੇ ਭਰੀਆਂ ਪਈਆਂ ਨੇ ਹਾਂ ਬੂਟਿਆਂ ਦੇ ਭਰੀਆਂ ਤੀਆਂ ਭਰੀਆਂ ਵੀ 20 ਬਾਈਕ ਤੀਆਂ ਬਸ ਹਾਂ ਥੋੜੀ ਜਿਹੀ ਵੀ ਇਕੱਠੀਆਂ ਵੀ ਕਰੀਆਂ ਮੈਂ ਇੱਕ ਜਗ੍ਹਾ ਹਾਂ ਤੇ ਲਾਇਆ ਵਾ ਦਾ ਵੀ ਕਰਕੇ ਲਾ ਕੇ ਥ੍ਰੈਸ਼ਰ ਗੈਲ ਅਸੀਂ ਕੱਢਤੀਆਂ ਬਾ ਕੋਲੇ ਖੜਾ ਲਿਆ ਜੜਤੇ ਹਨ ਹਾਂ ਇੱਕ ਥ੍ਰੈਸ਼ਰ ਵੀ ਬਾਈ ਸਵੇਰ ਟਾਈਮ ਪਹਿਲਾਂ ਅੱਧਾ ਘੰਟਾ ਲੱਗਿਆ ਹੋਣਾ ਬਾ ਇੰਨਾ ਕੇ ਲੱਗਿਆ ਹੋਣਾ ਇੰਨਾ ਕੇ ਲੱਗਿਆ ਥ੍ਰੈਸ਼ਰ ਵੀ ਸਵੇਰ ਟਾਈਮ ਪਹਿਲਾਂ ਅਸੀਂ ਦਿਨ ਵੇ ਤਾਂ ਫਿਰ ਚੱਲ ਪੈਂਦਾ ਲੰਬਾ ਕੰਮ ਇਹਦਾ 20 ਮਿੰਟ ਮਸੋਂ ਲੱਗੇ ਹੋਣੇ ਪਰ ਕਣਕ ਦੇਖਣ ਵਾਲੀ ਆ ਬੂਟੇ ਵਾਲੀ ਹਾਂ ਲਾਲ ਸੁਰਖ ਰੂਪ ਹੈ ਯਾਰ ਰੰਗ ਦੇਖ ਲੈ ਕਣਕ ਦਾ ਗਏ ਲਾਲ ਹੁੰਦਾ ਬੂਟਣ ਦਾ ਬੂਟੇ ਵਾਲੇ ਦਾ ਫਰਕ ਹੈ ਹਾਂ ਦਾਣਾ ਵੀ ਨਿੱਗਰ ਹੋਊਗਾ ਦਾਣਾ ਵੀ ਸੋਹਣਾ ਠੀਕ ਹੈ ਵਧੀਆ ਘਟਾ ਵੀ ਘਰ ਨੂੰ ਰੱਖਣ ਵਾਲੀ ਕਣਕ ਹੈ ਹਾਂ ਹੁਣ ਮੇਰੇ ਸਲਾਹ ਦੀ ਜਿਹੜੀ ਮਹਾ ਵਿੱਚ ਘੁੰਡੀ ਆਈ ਉਹ ਮਾੜਾ ਇੱਕ ਡੱਕਾ ਆਉਂਦਾ ਬੂਟਿਆਂ ਦੇ ਵਿੱਚ ਠੀਕ ਹੈ ਜਿਹੜਾ ਹੁੰਦਾ ਨਾ ਹਾਂ ਉਹ ਮੈਂ ਛਾਲਣਾ ਲਿਆਂਦਾ ਉਹਦੇ ਕਾ ਛਾਣ ਦੇਣੀ ਹੁਣ ਠੀਕ ਹੈ ਆਹ ਡੱਕੇ ਜੇ ਛਾਣ ਹਾਂ ਛਾਣ ਕੇ ਥੱਲੇ ਭਰਨੇ ਆ ਬਾਕੀ ਅੱਜ ਕਾਲਾ ਵੀ ਦੇਖਦਾ ਕਹਿੰਦਾ ਵੀ ਆਉਂਦਾ ਅੱਛਾ ਬਈ ਪਤਾ ਨਹੀਂ ਕਿੰਨੇ ਮੇਰੇ ਮੁੰਡੇ ਦਿੱਤੇ ਵਾਜ ਕਾਲੇ ਨੇ ਕਾਲੇ ਨੇ ਸਾਹਿਬ ਜੀ ਉਦੋਂ ਜਿਹਨੂੰ ਫੋਨ ਕਰਦੇ ਕਾਲੇ ਨੇ ਮੇਰੇ ਵੱਢਣ ਆਉਣਾ ਹੈ ਕਹਿੰਦਾ ਹਰੇ ਜੱਗਾ ਕਹਿੰਦਾ ਉਹ ਕਹਿੰਦਾ ਗੱਗੇ ਰੇੜੀ ਦਾ ਉਹ ਕੀ ਵੱਢਣਾ ਨਾਲੇ ਮੇਰ ਸਿੰਘ ਟਰਾਲਾ ਲੈ ਗਿਆ ਵਾ ਕਹਿੰਦੇ ਕਾਲੇ ਦਾ ਕਣਕ ਵੱਢਣੀ ਉਹਦੀ ਉਹ ਫੇ ਹੁਣ ਮਸ਼ੀਨ ਵਾਲਾ ਤਾਂ ਐਉਂ ਕਹਿੰਦਾ ਵੀ ਆ ਗਿਆ ਹੁਣ ਕੀ ਕਰੇ ਮੈਂ ਤਾਂ ਦੇਖਿਆ ਭੁਗਤਿਆ ਇਹ ਕੰਮ ਸਾਰਾ ਕੱਲ ਕਾਲੇ ਨੂੰ ਮੈਂ ਮਿਲਿਆ ਸ਼ਾਮ ਨੂੰ ਉੱਥੇ ਕਿਸੇ ਨੇ ਜਵਾਬ ਤਾਂ ਦੇ ਨਹੀਂ ਹੁੰਦਾ ਉਹ ਕਹਿੰਦਾ ਵੀ ਕੱਲ ਨੂੰ ਕਾਲੇ 11 12 ਵਜੇ ਤੱਕ ਵੱਢੋ ਜੂਗੇ ਕਹਿੰਦਾ ਹਾਂ 12 ਵਜੇ ਤੱਕ ਤੁਹਾਡੇ ਵੱਢੋ ਜੂਗੇ ਕੱਲ ਨੂੰ ਅੱਜ ਮਿਹਰ ਦੇ ਪਹਿਲਾਂ ਵੱਢਣੇ 11 ਵਜੇ ਤੱਕ ਉਹਨੂੰ 12 ਵਜੇ ਤੱਕ ਨਹੀਂ ਮਿਹਰ ਤਾਂ ਨਹੀਂ ਮਨਸੂਏ ਗਿਆ ਵਾ ਹਾਂ ਤੇਜਪਾਲ ਦੇ ਤੇਜਪਾਲ ਦੇ ਨਹੀਂ ਵੱਢਣੇ ਕਾਕੇ ਮਿਹਰ ਦੇ ਨਿਆਣੇ ਪੜਾਉਂਦੇ ਮਨਸੂਏ ਨੂੰ ਮੁੜਦੀ ਸਾਰੀ ਜਿਹੜੀ ਸਰਵ ਸਟੇਸ਼ਨ ਲਾਗ ਨੂੰ ਸੜਕ ਹੈ ਮਸ਼ੀਨ ਬੋਲਦੀ ਐ ਕੀ ਨੂੰ ਹੁਣ ਬਾ ਪਤਾ ਨਹੀਂ ਉਹ ਨਾ ਹੁਣ ਤਾਂ ਤੂੜੀ ਵਾਲੀ ਉਹਦੇ ਕਹਿੰਦਾ ਵੱਢਣੇ ਪਹਿਲਾਂ ਵੀ ਚੱਲ ਦੇਖਦੇ ਆ ਕੋਈ ਨਹੀਂ ਅੱਜ ਦੀ ਵਾਈ ਮੈਨੂੰ ਨਾ 16 ਤਰੀਕ ਕਹੀ ਦੀ ਕਹਿੰਦਾ 17 ਮੈਂ ਚੱਲ 17 ਨੂੰ ਵੱਢਦੇ ਆਪਾਂ ਨੂੰ ਵੀ ਪਤਾ ਵੀ ਹੁਣ ਮਸ਼ੀਨ ਟਾਈਮ ਲਾਉਂਦੀ ਆ ਉਹਦੇ ਬਾਅਦ ਅੱਜ ਕਿਹਾ ਮੈਂ ਵੀਰ ਵੱਢਦੇ ਵੇ ਕਹਿੰਦਾ ਚੱਲ ਦੇਖ ਲੈਂਦੇ ਅੱਜ ਤੇ ਵੀ ਜਾਣੀ ਖੋਣੀ ਕੱਲ ਨੂੰ ਵੱਢੋਗੇ ਚੱਲ ਜੇ ਹੁਣ ਮਗਰ ਪਾਉਂਗੇ ਤਾਂ ਹੀ ਆ ਜੇ ਕਹੇਗੇ ਅੱਜ ਨਹੀਂ ਵੱਢੋ ਕੱਲ ਨੂੰ ਵੱਢਦਾ ਦਊਗਾ ਸਮਝ ਉਹਨੂੰ ਐ ਤਾਂ ਕਿਹਾ ਵਾ ਹੁਣ ਨੇਤਨ ਨੂੰ ਟਰਾਲਾ ਪੁੱਛਿਆ ਕਹਿੰਦਾ ਕੱਲ ਨੂੰ ਤਾਂ ਕਾਲੇ ਦਾ ਮੰਡੇ ਸਾਡੀ ਕਣਕ ਵੱਢਣੀ ਆ ਹੁਣ ਸਾਡਾ ਨੰਬਰ ਉਹਦੇ ਵਿੱਚ ਕੱਟ ਜਵੇ ਕੱਲ ਨੂੰ ਹਾਂ ਨਹੀਂ ਕੱਲ ਨੂੰ ਕੱਲ ਤਾਂ ਵੱਢੂਗਾ ਯਾਰ ਪਿੰਡ ਪਤਾ ਨਹੀਂ ਬਾਈ ਹੁਣ ਇਹ ਮੰਡਵਾ ਚਲੇਗਾ ਫੇਰ ਔਖਾ ਵੀ ਹੁਣ ਟਰਾਲਿਆਂ ਨੂੰ ਕਿਹਾ ਵਾ ਪੰਮੇ ਨੂੰ ਮੈਂ ਟਰਾਲਾ ਪੁੱਛਿਆ ਹੈਗਾ ਦਾ ਇਹਦਾ ਪੰਮਾ ਕਹਿੰਦਾ ਵੀ ਅਸੀਂ ਸ਼ਾਮ ਨੂੰ ਨਹੀਂ ਕੱਲ ਨੂੰ ਸਵੇਰੇ ਹੀ ਚਾਹੀਦਾ ਮਹਾ ਮੇਰੇ ਤਾਂ ਵੱਢੂਗੀ ਤੇ ਘੰਟੇ ਬਾਅਦ ਅੰਦਰ ਟਰਾਲਾ ਦੇ ਦੇਣਾ ਮੈਂ ਘਰ ਉਤਾਰਨੀ ਆ ਹਾਂ ਵੀ ਘਰੇ ਉਤਾਰ ਲੈਣੀ ਸਾਰੀ ਉਹ ਹਾਂ ਕਹਿੰਦਾ ਚੱਲ ਠੀਕ ਹੈ ਗੱਲ ਵੱਢਣ ਪਰ ਆ ਨਾ ਟਾਈਮ ਗੱਲ ਵੱਢਣ ਪਰ ਆ ਹੁਣ ਜਿਹੜੇ ਦੇਉਗੇ ਪਰ ਹਾਂ ਜੇ ਆਇਆ ਹੀ ਬੰਦਾ ਸ਼ਾਮ ਨੂੰ ਫੇਰ ਔਖਾ ਹੋ ਜਾਣਾ ਹੈਲੋ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਹਾਂਜੀ ਠੀਕ ਠਾਕ ਆ ਜੀ ਠੀਕ ਹੈ ਨਾ ਅੱਜ ਵੱਢੂ ਬਈ ਕਾਲੇ ਦੀਆਂ ਗੱਲਾਂ ਕਰਦੇ ਤੇ ਦੰਦਾਈ ਬੈਠਾ ਸਰਬਜੀਤ ਬੈਠਾ ਮੁੰਡਾ ਦਿੱਤਾ ਵਾ ਉਹ ਨਾ ਜਾਏ ਨਾ ਹਾਂ ਜਿਹਨੂੰ ਵੀ ਟਰਾਲਾ ਪੁੱਛਦੇ ਪਿੰਡ 'ਚ ਹਰੇਕ ਕਹਿੰਦਾ ਵੀ ਅੱਜ ਕਾਲੇ ਨਾਲ ਮੇਰੀ ਵੱਢਣੀ ਯਾਰ ਹੁਣ ਬਹੁਤ ਨੂੰ ਕਿਹਾ ਉਹਨੂੰ ਤਾਂ ਬਸ ਬਸ ਚਲੋ ਨਹੀਂ ਕੱਟ ਲਾ ਕੇ ਕਾਉਂਟ ਦਾ
ਹੋਈ ਵੀ ਗੱਲਬਾਤ ਸਾਡੇ ਸਾਰਿਆਂ ਦੀ ਵੱਢਣੀ ਉਹਨਾਂ ਪੱਧਰ ਤੇ ਹੀ ਹਾਂਜੀ ਹਾਂਜੀ ਉਹਨਾਂ ਦੀ ਵੱਢਣੀ ਆ ਬਾਕੀ ਜੇ ਹੁਣ ਅੱਜ ਨਾ ਵੱਢੀ ਤਾਂ ਕੱਲ੍ਹ ਉਹ ਤਾਂ ਵੱਢੂਗਾ ਜੇ ਹੁਣ ਮਗਰ ਪੈ ਗਏ ਦੇਖਿਆ ਹੁਣ ਫੋਨ ਸਬਸਕ੍ਰਾਈਬਰ ਸਾਡੇ ਆਉਂਦੇ ਆ ਮੈਨੂੰ ਕੱਲ੍ਹ ਹੀ ਆਉਂਦਾ ਕਹਿੰਦੇ ਮਾਸਰੀ ਤੇ ਮਗਰ ਪੈਣਾ ਪੈਣਾ ਕਾਲੇ ਦੇ ਤਾਂ ਇਹਨਾਂ ਤੇਰੀ ਵੱਢਣੀ ਆ ਮਹਾ ਹੁਣ ਮਗਰ ਕਿਆ ਮਸ਼ੀਨ ਵਾਲਾ ਵੀ ਕਿਆ ਕਰੇ ਮਸ਼ੀਨ ਵਾਲਾ ਵੀ ਕਰੇ ਤਾਂ ਕਿਆ ਉਹਨੂੰ ਪਤਾ ਵੀ ਮੇਰੀ ਇੰਨੀ ਐਵਰੇਜ ਆ ਸਾਨੂੰ ਤਾਂ ਨਹੀਂ ਪਤਾ ਹੈਗਾ ਵੀ 15 ਵੜਦੀ 18 ਵੜਦੀ 20 ਵੜਦੀ 12 ਵੜਦੀ ਇਹ ਤਾਂ ਕਹਿੰਦਾ 13 14 ਮਸੂ 13 14 ਵੜਦੀ ਹੁਣ ਨੇ ਕਿ ਬੰਦੇ ਨੂੰ ਕਹਿ ਕੇ ਰੱਖੇ ਨਾ ਇੱਕ ਅੱਧਾ ਕਿਲਰ ਹੈ ਮਤਲਬ ਕਿਸੇ ਨੂੰ ਮੋੜ ਤਾਂ ਹੁੰਦਾ ਨਹੀਂ ਚੱਲ ਯਾਰ ਬਾਈ ਤੈਨੂੰ ਨਹੀਂ ਪਤਾ ਹੁਣ ਚਾਹੇ ਆਪਾਂ ਹੀ ਆ ਜੇ ਤੂੰ ਚਲੇਗਾ ਤੈਨੂੰ ਕਹਿਣਾ ਪੈਣਾ ਵੀ ਹਾਂ ਬਾਈ ਤੇਰੀ ਕੱਲ ਨੂੰ ਠੀਕ ਆ ਜਵਾਬ ਨਹੀਂ ਦੇ ਆਂਦਾ ਹੋ ਜਾਂਦਾ ਜੇ ਤੈਨੂੰ ਕਹਿਤਾ ਤੈਨੂੰ ਆਉਂਦੇ ਨੂੰ ਵੀ ਖੜ ਜਾ 4 ਦਿਨ ਨਹੀਂ ਨਹੀਂ ਬਾਈ ਹੁਣ 4 ਦਿਨ ਖੜਾ ਨਹੀਂ ਸਿੱਧੀ ਗੱਲ ਕਹਿੰਦਾ ਵੀ ਜੇ ਇਹੋ ਜਿਹਾ ਅਸੀਂ ਕੰਮ ਕਰਿਆ ਨਾ ਅਗਲੇ ਨੂੰ ਐਂ ਟਾਈਮ ਦਊਂਗੇ ਵੀ ਅੱਜ ਬੰਦਾ ਆ ਗਿਆ ਉਹਨੂੰ ਕਹੂੰਗੇ ਵੀ ਭਾਈ ਅੱਜ ਨਹੀਂ ਕੱਲ ਨੂੰ ਨਹੀਂ ਵੱਢਣੀ ਪਰਸੋਂ ਨੂੰ ਵੱਢਣੀ ਜੇ ਟਾਈਮ ਹੋਏ ਤਾਂ ਮਤਲਬ ਮੈਂ ਵੀ ਆਇਓ ਗਏ ਕਰਦਾ ਦਾ ਪਰ ਕਹੇ ਹੁੰਦਾ ਕੱਲ ਨੂੰ ਉਹ ਨਹੀਂ ਨਹੀਂ ਤੂੰ ਤਾਂ ਪਹਿਲਾਂ ਝੂਠ ਬੋਲਦਾ ਜੀ ਤੇਰਾ ਨਹੀਂ ਨਹੀਂ ਝੂਠ ਨਹੀਂ ਮੈਂ ਤੂੜੀ ਵਾਲੀ ਮਸ਼ੀਨ ਚਲਾਈ ਐ ਹਰੇਕ ਨੂੰ ਐਂ ਉਹ ਕਹਿਣਾ ਪੈਂਦਾ ਕੋਈ ਨਹੀਂ ਕੱਲ ਨੂੰ ਕੱਲ ਨੂੰ ਜੇ ਅਗਲੇ ਨੂੰ ਕਹਿੰਦਾ ਵੀ ਖੜ ਜਾਓ ਵੀ 5 ਦਿਨ ਖੜ ਜਾਊ ਕੋਈ ਮਸ਼ੀਨ ਤਿਆਰ ਆ ਅਗਲਾ ਮਸ਼ੀਨ ਤਿਆਰ ਆ ਇੱਕ ਅੱਧਾ ਦਿਨ ਅੱਗੇ ਪਿੱਛੇ ਕਰਕੇ ਤਾਂ ਹੀ ਚੱਲਦਾ ਹੁੰਦਾ ਕੰਮ ਹੈ ਨਾਲੇ ਬੜੀ ਮਸ਼ੀਨ ਹੈ ਇਹਦਾ ਨਵੇੜਾ ਬਥੇਰਾ ਹੈ ਚੱਲ ਇਹਦੇ ਕੀ ਗਰੀਆਂ ਵੀ ਆ ਉਹਦੇ ਕਰਕੇ ਨਹੀਂ ਕਾਲਾ ਅੱਗੇ ਖੜੀ ਹੋਣੀ 3 ਵਜੇ ਜਿਹੜਾ ਬਰਾਤ ਨੂੰ 3 ਵਜੇ ਬੰਦ ਕਰਦੇ ਤੇਲ ਠੰਡਾ ਕਰਨ ਵਾਸਤੇ ਘੰਟੇ ਵਾਸਤੇ ਫਿਰ 4-5 ਵਜੇ ਚਲਾ ਦੇਣੀ ਜਿਹੜੀਆਂ ਖੜੀਆਂ ਉਹ ਸਾਂਝ ਸਵੇਰ ਕਰ ਦੇਣੇ ਚਾਹੀਦੇ ਉਹਨੂੰ ਹੁਣ ਐ ਕੀ ਜੀ ਛੱਡ ਕੇ ਤੂੰ ਚਲੇ ਜਾਊਂਗਾ ਅਗਲੇ ਵਾਲਾ ਮੇਰਾ ਵੱਢਦੇ ਯਾਰ ਹੌਲੀ ਵੱਢ ਲੋਡ ਦੇ ਰਾਰੇ ਕਿ ਮੈਂ ਆਪਣਾ ਲੋਡ ਨਹੀਂ ਕਿਸੇ ਦਾ ਨਹੀਂ ਹੁਣ ਬਾਪੂ ਦੀ ਕੱਲ ਦਿਨ ਚ ਵੱਢ ਗਿਆ ਇਹ ਉਹਨੂੰ ਕਹਵੇ ਅਸੀਂ ਖੜੀ ਦੀ ਉਹੀ ਰਾਤ ਨੂੰ ਵੱਢ ਸਕਦਾ ਆਪਣੀ ਕਣਕ ਦੀ ਹਾਂ ਸਮਝਿਆ ਆਪਣੇ ਬਾਪੂ ਨੂੰ ਕਹਿ ਕਹਿੰਦਾ ਜੇ ਉਹਨੇ ਕਹਿ ਦਿੱਤੇ ਵੀ ਆਪਣੀ ਘਰ ਦੀ ਮਸ਼ੀਨ ਆ ਤਾਂ ਦਿਨ ਚ ਨਹੀਂ ਵੱਢ ਸਕਦਾ ਫਿਰ ਕਰੇ ਵੀ ਕੱਲ ਐਦਾਂ ਗੱਲਾਂ ਜਿੱਦਣ ਮਰਜ਼ੀ ਲਿਆਈ ਜਾਂ ਐਦਾਂ ਹੁਣ ਆਪਣੀ ਛੱਡੀ ਬੈਠਾ ਹਲੇ ਆਪਣੀ ਗੱਡੀ ਨਹੀਂ ਵੱਢਦਾ ਭਾਈ ਉਹ ਚਲੋ ਵੱਢ ਹੋ ਜਾਣੀ ਕੋਈ ਨਹੀਂ ਇੱਕ ਦਿਨ ਇੱਧਰ ਉੱਧਰ ਹੋ ਜਾਣਾ ਵੀ ਅੱਜ ਦੇਖਦੇ ਆਪਾਂ ਨੇ ਹੌਲੀ ਸਾਰ ਨਿਬੇੜ ਦੇਣੀ ਆਪਣੇ ਖੱਤੀਆਂ ਜਿਹੜੀਆਂ ਵੱਡੀਆਂ ਵਾ ਬਸ ਠੀਕ ਇੱਕ ਨਿਬੜ ਗਈ ਹੁਣ ਇਹਨਾਂ ਨੂੰ ਦੇਖਦੇ ਕਾਜਾਂ ਦੇ ਲੱਗਿਆ ਗੰਡਾਸੇ ਬਦਲਣਾ ਉਹ ਦੇਖੋ ਆ ਜਿਹੜੇ ਇੱਕ ਵਾਂਗ ਲੱਖ ਟਕ ਲਾ ਕੇ ਹੈ ਸੂਏ ਪਰ ਰਹਿੰਦੀ ਆ ਸੂਏ ਪਰ ਵੱਡੀ ਆ ਵੀ ਗੱਲ ਦੀ ਅੱਜ ਕੱਢਣੀ ਆ ਆਵੋ ਦੇਖਦੇ ਆ ਮੈਂ ਕਿਤੇ ਉਰੇ ਲੈਂਦੀ ਉਹ ਵਾ ਵਾ ਇੰਨੀ ਨੂੰ ਲੱਗ 20 ਮਿੰਟ ਡੇਢ ਦੋ ਵੀ ਕਿ 20 ਮਿੰਟ ਕਰ ਸੀ ਅੱਛਾ ਲੱਗਿਆ ਵਾ ਨਾ ਦੂਆ ਹੀ ਆ ਉਹ ਵੀ ਅਸੀ ਆ ਲਗੀ ਦੋ ਹੀ ਆ ਉਹ ਤਾਂ ਚੱਲ ਉਹ ਆਉਣਾ ਹੀ ਉਹ ਤੇ ਕਿਹੜਾ ਇਕਦਮ ਬੈਠ ਹੁੰਦਾ ਉਹਦੇ ਨਾਲ ਤਾਂ ਮਲਗੀ ਨਾਲ ਕੰਮ ਕੋ ਵੱਧ ਕਰਨਾ ਉਹਨੇ ਨਹੀਂ ਹਲੇ ਦਾਲੇ ਦਾਲੇ ਕਿਹੜੇ ਕੱਢਦਾ ਹਲੇ ਨਹੀਂ ਕੰਮ ਕਰਦਾ ਇਹ ਦੇਖਦਾ ਵੀ ਸੈਸ਼ ਚੱਲ ਲਿਆ ਫੇਰ ਤੱਕ ਨਹੀਂ ਇਹਦੇ ਸੁੱਤੇ ਸੁੱਤੇ ਚਲਾਤਾ ਗਿਆ ਸੀ ਨਹੀਂ ਹੋਏ ਤੁਹਾਡੇ ਤੂੜੀ ਰਿਸ਼ਤੇਦਾਰ ਦੀ ਮਸ਼ੀਨ ਆਉਣੀ ਆ ਹਾਂ ਆਈ ਵੀ ਆ ਲੱਗੀ ਵਾ ਹੁਣ ਜਾਣਾ ਮੈਂ ਟਰੈਕਟਰ ਲੈ ਕੇ ਨਹੀਂ ਨਹੀਂ ਠੀਕ ਆ ਬਣਾ ਲਓ ਹਿੰਮਤ ਗੱਲ ਮੌਸਮ ਦਾ ਕੁਝ ਨਹੀਂ ਪਤਾ ਹੈਗਾ ਗੁਰਵੀਰ ਭਾਈ ਕਹਿੰਦਾ ਤੂੜੀ ਵਿੱਚ ਤਾਂ 1.5 ਕਿ ਲੱਗ ਹਾਂ ਬੂਟੇ ਵਾਲਾ ਕਿਸੇ ਨੇ ਲੈਣਾ ਹੋਵੇ 1.5 ਕਿ ਪਹਿਲੇ ਸਾਲ ਦੇ ਵੀ ਤੇ ਮਸ਼ੀਨ ਦੇ ਨਹੀਂ ਖੜੇ ਨਹੀਂ ਬੂਟੇ ਵਾਲੀ ਮਾਹ ਕਿਤੇ ਝੁੰਡੇ ਆ ਨਹੀਂ ਨਹੀਂ ਬੂਟੇ ਵਾਲੀ ਵਿੱਚ ਕਿੱਲੇ ਦੀ ਜ਼ਿਆਦਾ ਹੋ ਜਾਣੀਆਂ ਮੈਨੂੰ ਤਾਂ 2 ਟਰਾਲੀਆਂ ਬਣ ਜੇ ਜਿਹੜੀਆਂ ਦੁਨੀਆਂ ਚ ਹੀਲੇ ਦੀ ਚਾਹੀਦੀਆਂ ਕੋਈ ਨਹੀਂ ਮਿਲ ਗਈ ਕੋਈ ਦੱਸ ਦੂੰਗਾ ਤੈਨੂੰ ਮੈਂ ਵੀ ਲੈ ਲੂੰਗਾ 2-4 ਫਿਰ ਇਹ ਭਰ ਜੂਗਾ ਸ਼ੈੱਡ ਭਰ ਲੂੰਗੇ ਬਚ ਗਈਆਂ ਪਈਆਂ ਰਹਿੰਦੀਆਂ ਬਚ ਗਿਆ ਅਗਲੇ ਸਾਲ ਕੰਮ ਆ ਜੇ ਤੇ ਆਪਣਾ ਕੋ ਵੇਚਣ ਵਾਲਾ ਕੰਮ ਤਾਂ ਹੈ ਨਹੀਂ 4 ਟਰਾਲੀ ਤਾਂ ਮੇਰੇ ਪਾ ਪਹਿਲਾਂ ਪਈਆਂ ਹੋ ਜੀ ਤੇ ਬਸ ਉਹਨੇ ਬੱਚੀ ਮੈਂ ਦੇਖੀ ਆ ਤੇਰੇ ਡੰਗਰ ਵੇਚਣ ਨੂੰ ਮਿਸ ਮਾਰ ਗਿਆ ਨਾ ਮੈਂ ਤਾਂ ਦੇਖਿਆ ਵੀ ਸਾਰਾ ਡੰਗਰ ਵੇਚ ਦੇ ਤੂੜੀ ਵੱਜ ਜਾਂਦੀ ਵੱਜ ਜਾਂਦੀ ਕਰਦਾ ਕੋਈ ਤੂੜੀ ਦਾ ਦੁੱਧ ਭੇਜ ਕੇ ਦੁੱਧ ਪੀ ਲਵੇ ਨਾ ਬਸ ਬਥੇਰੀ 18-1900 ਨੂੰ ਹੋਈ ਵੀ ਸੀ 16-1700 ਦੀ ਤੂੜੀ ਉਹ ਮੈਸਾਂ ਵੇਚ ਦੋ ਤੂੜੀ ਵੇਚ ਕੇ ਆਪਣਾ ਦੁੱਧ ਪੀ ਦੋ ਦੋ ਵੀਡੇ ਤਿੰਨ ਆਪਣੇ ਫੇਰ ਲੈ ਲਓ ਗਰਮੀਆਂ 'ਚ ਵੇਚ ਲੈ ਲਓ ਮੈਂ ਗਰਮੀਆਂ 'ਚ ਦੁੱਧ ਘੱਟ ਹੁੰਦਾ ਹਾਂ ਜਾਂ ਮੈਂ ਲੈ ਸਕੀ ਉਧਰ ਹੀ ਠੀਕ ਹੈ ਤੇਰੀ ਸਕੀਮ ਠੀਕ ਹੈ ਸਾਰਾ ਸਾਰਾ ਆਪਣਾ ਨਾਲੇ ਦੁੱਧ ਡੋਲੀ ਚੱਕੀ ਲਿਆਂਦਾ ਮੁੱਲ ਉਹਦੇ ਬਾਅਦ ਗਰਮੀ ਜੀ ਆਈ ਡੰਗਰ ਲੈ ਲਿਆ ਪਿਆਲ ਲੈਣ ਦਾ ਕੰਮ ਕਰ ਉਹ ਦੰਦੀ ਆ ਦੋ ਸੋਨੇ ਵਾਲੀਆਂ ਸਮਝ ਲੈ ਫਿਰ ਉਹ ਮੈਂ ਦੇਖਦੇ ਮੈਂ ਵੀ ਇੱਕ ਨੇ ਕਰਨਾ ਸਵਾਦ ਉਹ ਵੇਚ ਦੇਣੀ ਆ ਸਿਆਲਵਾ ਸਿਆਲ ਗਰਮੀ ਗਰਮੀ ਆਪਣਾ ਕਾਕੜਾ ਕਰ ਲਿਆ ਬਥੇਰੇ ਬੜੇ ਦਿਲ ਹੁੰਦੇ ਆ ਸਿਆਲਵਾ ਆਪਣਾ ਆਦਾ ਠੀਕ ਹੈ ਠੀਕ ਹੈ ਚਲੋ ਚੱਲ ਠੀਕ ਹੈ ਦੇਖ ਆ ਫਿਰ ਉਹਨਾਂ ਤੇ ਅੱਜ ਕੱਢੂਗਾ ਇਹਨਾਂ ਦੀ ਹਾਂ ਹਾਂ ਬਸ ਚੱਲੇ ਉਹ ਦੇਖ ਲੈ ਬੰਦਾ ਹੁਣ ਆਇਆ ਤੇਰਾ ਕੱਖ ਲੈ ਮੈਂ ਤਾਂ ਤੇਰੇ ਸਵੇਰੇ ਕਣਕ ਵਟਾਉਂਗਾ ਉਹ ਲੱਗਾ ਵੜਦਾ ਉਹ ਵੀ ਅੱਛੇ ਆ ਲੋ ਜੀ ਬਾਈ ਜਿਹੜੀ ਆਪਾਂ ਨੇ ਸਾਂਝੇ ਵਾਲੀ ਕਣਕ ਵਢਾਈ ਦੀ ਉਹਦੀ ਤੂੜੀ ਲਾ ਕੇ ਬਣਾਉਣ ਤੂੜੀ ਵਾਲੀ ਮਸ਼ੀਨ ਆਈ ਆ ਬਾਈ ਰਿਸ਼ਤੇਦਾਰਾਂ ਦੀ ਉਹ ਜਿੱਗੇ ਰਹਿੰਦੇ ਨੇ ਇੱਧਰ ਮਿਲੋ ਜੀ ਪੰਤ ਨੂੰ ਪੰਤ ਕਿੱਦਾਂ ਜੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਪੰਤ ਕਿੰਨੀਆਂ ਟਰਾਲੀਆਂ ਬਣਾਤੀਆਂ ਪੰਤ ਦਾ ਬਾਈ ਸੀਜ਼ਨ ਚੱਲ ਪਿਆ ਇਹਨਾਂ ਦਾ ਤੂੜੀ ਵਾਲੀ ਮਸ਼ੀਨ ਦਾ ਹਾਂ ਇਹ ਡਰਾਈਵਰ ਆ ਬਾਈ ਇਹ ਇੱਕ ਡਰਾਈਵਰ ਉਹ ਬਾਈ ਚਲਾਉਂਦਾ ਦੋ ਡਰਾਈਵਰ ਆਏ ਮਸ਼ੀਨ ਪਰ ਬਸ ਠੀਕ ਆ
ट्रालियां बन गई किन्ने दिन हो गए चलाए नू ट्रैक्टर बाकी 3 किले त्रै सत्ते कढ़ाउणी आ 3 किले हत्थी बढ़ाई होगी बबूतना करके बाकी ओ देख दे शायद बाहरे बेचती है जे किसे लेनी होई भाई गल दस दियो ना ਪਹਿਲਾ ਭਰਦਾ ਪਹਿਲੀ ਭਰਦਾ ਹਲੇ ਪਹਿਲੀ ਭਰਦਾ ਇਹਨਾਂ ਦਾ ਚਲਾਈ ਵਾਲਟ ਆ ਆਪਣੇ ਦਾ ਭਰ ਗਈ ਦੀ ਜਦ ਮੈਂ ਉਹਨੇ ਚਲਾਈ ਉਹ ਸਾਹਮਣੇ ਹੀ ਕੋਈ ਮਸ਼ੀਨ ਚੋਂ ਤੂੜੀ ਆਈ ਆਪਾਂ ਹੋਰ ਥਰੈਸਰ ਵਾਲੀ ਵੇਚਣੀ ਵੀ ਆ ਜੇ ਕਿਸੇ ਲੈਣੀ ਹੋਵੇ ਇਹ ਕਿਸੇ ਨੇ ਬਾਈ ਲੈਣੀ ਹੋਵੇ ਸਾਡੇ ਏਰੀਏ ਦੇ ਬੰਦੇ ਦੱਸ ਦਿਓ ਆਪਣੇ ਏਰੀਏ ਦਾ 1.5 ਕਿਲੇ ਦੀ ਕਿੰਨੇ ਦੀ ਹੈ 1.5 ਕਿਲੇ ਦੀ ਆ ਹਾਂ 1.5 ਕਿਲੇ ਦੀ ਵੇਚ ਦੂੰਗੇ 1.5 ਕਿਲੇ ਦੀ ਰੱਖ ਲਵਾਂਗੇ ਆਹੋ ਬਾਕੀ ਦੱਸ ਦਿਓ ਜੇ ਕਿਸੇ ਲੈਣੀ ਹੋਵੇ ਆ 1.5 ਕਿਲੇ ਦੀ ਬਾਹਰ ਦੀ ਬਾਰੇ ਚਗਾ ਦੂੰਗੇ ਹਾਂ ਉੱਥੇ ਖੇਤ ਚੋਂ ਹੀ ਬਾਕੀ ਦੇਖ ਲਓ ਬਾਕੀ ਕੱਲੂ ਕੱਢ ਲੈਣੀ ਹੋਵੇ ਅਸੀਂ ट्राली खिला दे भर गई रीपर का भी फर्क अपने रीपर ही पहला बंद हो जाता है पहला मैं अपने तार लग्या भाई तूड़ी पर धंधे सारू है ठीक है मैं बेचिया चल लिया ट्रैक्टर।